ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਨਾਲ ਨਾਲ ਤੁਸੀਂ ਦੇਖ ਵੀ ਰਹੇ ਹੋ ਅੱਜ ਹਰਮਨ ਰੇਡੀਓ। ਇੱਕ ਅਜੀਬ ਜੀ ਗੱਲ ਆ, ਕਹਿਣ ਚ ਅਜੀਬ ਲੱਗਦੀ ਹੈ, ਸੁਣਨ ਚ ਵੀ ਅਜੀਬ ਲੱਗਦੀ ਹੈ, ਪਰ ਹੈ ਇੱਕ ਸੱਚਾਈ ਵੀ ਹੁਣ ਰੇਡੀਓ ਦੇਖਣ ਵਾਲਾ ਵੀ ਬਣ ਗਿਆ। ਅਸੀਂ ਹਲੇ ਟੀਵੀ ਨਹੀਂ ਇਹਨੂੰ ਕਹਿ ਸਕਦੇ, ਹੈ ਰੇਡੀਓ ਪਰ ਦੇਖਣ ਵਾਲਾ ਰੇਡੀਓ ਹੈ ਸੁਣਨ ਦੇ ਨਾਲ ਨਾਲ। ਸੋ ਤੁਸੀਂ ਜਿਵੇਂ ਕਿ ਸ਼ੋਰ ਦੇਖ ਰਹੇ ਹੋ ਜਾਂ ਸਾਰਾ ਕੁਝ ਪਿੱਛੇ ਮਾਹੌਲ ਦੇਖ ਰਹੇ ਹੋ, ਇਹ ਹੈ ਜੀ ਵੀ ਗ੍ਰਿਫਤ ਦੇ ਗਰਾਊਂਡ ਦੇ ਵਿੱਚ ਅਸੀਂ ਖੜੇ ਹਾਂ। ਗ੍ਰਿਫਤ ਦੀਆਂ 17ਵੀਆਂ ਖੇਡਾਂ ਜਿਹੜੀਆਂ ਇੱਥੇ ਹੋ ਰਹੀਆਂ ਤੇ ਅਸੀਂ ਇੱਥੇ ਕੋਸ਼ਿਸ਼ ਦੇ ਵਿੱਚ ਆ ਵੀ ਇਹੋ ਜਿਹੀਆਂ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਈ ਜਾਵੇ ਜਿਨ੍ਹਾਂ ਦੀ ਸਾਂਝ ਕਾਫੀ ਪੁਰਾਣੀ ਹੈ, ਇਹਨਾਂ ਖੇਡਾਂ ਨਾਲ ਜਾਂ ਆਸਟ੍ਰੇਲੀਆ ਨਾਲ ਕਾਫੀ ਪੁਰਾਣੀ ਆ। ਤੇ ਸਾਨੂੰ ਸਭ ਤੋਂ ਵਧੀਆ ਇਸ ਲਈ ਹਰਭਜਨ ਸਿੰਘ ਜੀ ਖਹਿਰਾ ਮਿਲੇ ਸਭ ਤੋਂ ਪਹਿਲੇ, ਜਿਹਨੇ ਕਿ ਸਾਨੂੰ ਉਹਨਾਂ ਦੀ ਸਾਨੂੰ ਸਾਰਾ ਪਤਾ, ਸਾਨੂੰ ਤਾਂ ਵੀ ਉਹਨਾਂ ਕਿੰਨੀ ਸਾਂਝ ਆ, ਕਿੰਨੀ ਉਹਨਾਂ ਖੇਡਾਂ ਨਾਲ ਪਿਆਰ ਆ, ਕਿੰਨਾ ਉਹਨਾਂ ਦਾ ਸਾਡੀ ਕਮਿਊਨਿਟੀ ਦੇ ਕੰਮਾਂ 'ਚ ਉਹਨਾਂ ਦਾ ਯੋਗਦਾਨ ਆ। ਸੋ ਆਪਾਂ ਉਹਨਾਂ ਦੀ ਨਜ਼ਰੇ ਹੀ ਉਹਨਾਂ ਤੋਂ ਇਹੀ ਪੁੱਛਣਾ ਚਾਹੁੰਦੇ ਹਾਂ ਵੀ ਉਹਨਾਂ ਦਾ ਕੀ ਸਾਰਾ ਇਸ ਬਾਰੇ ਕੀ ਸੋਚਦੇ ਆ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਜੀ ਹਰਮਨ ਰੇਡੀਓ ਤੇ ਖਹਿਰਾ ਸਾਹਿਬ ਤੁਹਾਡਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਰੇਡੀਓ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਇਹ ਜਿਹੜੀਆਂ ਗੇਮਾਂ ਸਾਰੀਆਂ ਗੇਮਾਂ ਅੱਜ ਚੱਲ ਰਹੀਆਂ, ਮੇਰਾ ਮੈਂ ਤਕਰੀਬਨ ਲਗਾਤਾਰ 15 ਸਾਲਾਂ ਤੋਂ ਇਹਨਾਂ ਗੇਮਾਂ ਚੋਂ ਇੱਥੇ ਆਈਦਾ, ਤਕਰੀਬਨ ਹਰ ਸਾਲ ਆਈਦਾ ਤੇ ਗੇਮਾਂ ਦਾ ਆਨੰਦ ਮਾਣੀਦਾ। ਇੱਕ ਦੋ ਵਾਰੀ ਮਾਰਚ ਦੀ ਵਜ੍ਹਾ ਨਾਲ ਥੋੜੀਆਂ ਖਰਾਬ ਹੋਈਆਂ, ਪਰ ਕੁਦਰਤੀ ਇੱਥੇ ਜਿਹੜਾ ਇਹਨਾਂ ਗੇਮਾਂ ਦੇ ਮੌਸਮ ਜਿਹੜਾ ਉਹ ਬਹੁਤ ਵਧੀਆ ਮੌਸਮ ਹੁੰਦਾ ਜੀ। ਖੇਰਾ ਸਾਹਿਬ, ਤੁਸੀਂ ਇੱਕ ਮੈਨੂੰ ਦੱਸੋ ਵੀ ਜਿੱਦਾਂ 17 ਸਾਲਾਂ ਦਾ ਇਤਿਹਾਸ ਆ, 15 ਸਾਲ ਤੋਂ ਤੁਸੀਂ ਇਸ ਨਾਲ ਜੁੜੇ ਹੋਏ ਹੋ, 15 ਸਾਲਾਂ ਦੇ ਵਿੱਚ ਤੁਸੀਂ ਕਿੰਨੀ ਇੰਪਰੂਵਮੈਂਟ ਦੇਖੀ, ਕੀ ਇਹ ਫ੍ਰੀਕੁਐਂਟਲੀ ਇੰਪਰੂਵ ਹੋ ਰਹੀਆਂ? ਇਹ ਪਹਿਲੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਜੀ ਹੁਣ। ਜੇ ਅਸੀਂ ਅੱਜ ਤੋਂ 10 ਸਾਲ ਪਹਿਲੀਆਂ ਦੇਖੀਏ, ਇਹ ਪ੍ਰਬੰਧਕ ਨਵੇਂ ਸੀ, ਇਹਨਾਂ ਨੂੰ ਟੂਰਨਾਮੈਂਟ ਦਾ ਪਤਾ ਨਹੀਂ ਸੀ, ਇਹਨਾਂ ਨੇ ਜਸਟ ਇੱਕ ਸ਼ਹੀਦੀ ਪ੍ਰੋਗਰਾਮ ਮਨਾਉਣ ਦੇ ਲਈ ਪ੍ਰੋਗਰਾਮ ਸ਼ੁਰੂ ਕੀਤਾ ਸੀ, ਨਾਲ ਟੂਰਨਾਮੈਂਟ ਰੱਖ ਲਿਆ, ਇਹਨਾਂ ਨੂੰ ਇੰਨਾ ਪਤਾ ਨਹੀਂ ਸੀਗਾ ਗੇਮਾਂ ਦਾ। ਤੇ ਗੇਮਾਂ ਦੇ ਵਿੱਚ ਕਈ ਅਣਗਹਿਲੀਆਂ ਹੋਈਆਂ ਸੀ, ਜਿੱਦਾਂ ਕਬੱਡੀ ਹੋਈ, ਕਬੱਡੀ ਜਾਂ ਵੀ ਸਾਡੇ ਪੰਜਾਬੀਆਂ ਦਾ ਵੀ ਰੌਲਾ ਰੱਪਾ ਪੈਣਾ, ਇਹ ਪਹਿਲਾਂ ਨਹੀਂ ਉਹਨੂੰ ਕਵਰ ਕਰ ਸਕੇ, ਪਰ ਹੁਣ ਜਿੱਦਾਂ ਜਿੱਦਾਂ ਇਹਨਾਂ ਨੂੰ ਵੀ ਪਤਾ ਲੱਗਦਾ ਗਿਆ, ਹੁਣ ਲਾਸਟ 3 ਸਾਲਾਂ ਤੋਂ ਇਹ ਵੀ ਮਤਲਬ ਪੂਰੇ ਸਟ੍ਰਿਕਟ ਹੋਏ ਆ, ਟਾਈਮ ਨਾਲ ਜਿਹੜੀ ਮੈਚ ਖੜਾਉਂਦੇ ਆ ਤੇ ਟਾਈਮ ਨਾਲ ਸਾਰਿਆਂ ਨੂੰ ਜਿਹੜਾ ਪ੍ਰੋਗਰਾਮ ਹੁੰਦਾ ਹੁਣ ਜੀ। ਸੋ ਕਹਿਣ ਦਾ ਮਤਲਬ ਤੁਸੀਂ ਮੈਲਬਨ ਤੋਂ ਚੱਲ ਕੇ ਆਏ ਹੋ, ਤਕਰੀਬਨ 450 ਕਿਲੋਮੀਟਰ ਤੋਂ ਹਰ ਵਾਰ ਆਉਣੇ ਹੋ, 15 ਸਾਲਾਂ ਤੋਂ ਆਉਣੇ ਹੋ, ਪ੍ਰਬੰਧਕ ਤਾਂ ਇੱਥੇ ਜਿਹੜੇ ਇੱਥੋਂ ਦੇ ਕਿਸਮ ਦੇ ਤੁਸੀਂ ਕਿਹਾ ਵੀ ਹੌਲੀ ਹੌਲੀ ਇੰਪਰੂਵ ਕਰ ਰਹੇ ਆ ਤੇ ਸਰੋਤ ਦਰਸ਼ਕਾਂ ਦੀ ਗਿਣਤੀ ਵੀ ਇੱਥੇ ਵੱਧ ਰਹੀ ਆ, ਕੀ ਤੁਹਾਨੂੰ ਲੱਗਿਆ ਵੀ ਖੇਡਾਂ ਦੀ ਵੀ ਹੋਰ ਐਡ ਹੋ ਰਹੀਆਂ? ਕਬੱਡੀ ਤੋਂ ਇਹ ਚੱਲਿਆ ਸੀ ਤੇ ਹੋਰ ਵੀ ਕੋਈ ਖੇਡਾਂ ਦੇ ਇੱਥੇ ਹੋ ਰਹੀਆਂ? ਕਬੱਡੀ ਇਹਨਾਂ ਨੇ ਪਹਿਲਾਂ ਕਬੱਡੀ ਇਕੱਲੀ ਨਾਲ ਹੀ ਸ਼ੁਰੂ ਕੀਤਾ ਸੀ, ਹੁਣ ਦੇ ਨਾਲ ਜਿੱਦਾਂ ਇਹਨਾਂ ਨੇ ਸੌਕਰ ਕਰ ਲਿਆ, ਅਰਸਾ ਕਸ਼ੀ ਦਾ ਹੋ ਗਿਆ, ਤੇ ਉਹ ਉਹਨਾਂ ਦਾ ਪ੍ਰਬੰਧਕਾਂ ਨਾਲ ਗੱਲ ਕਰਨ ਤੋਂ ਪਤਾ ਲੱਗਾ ਸੀ ਕਿ ਉਹ ਇਹ ਨਹੀਂ ਕਰਨਾ ਚਾਹੁੰਦੇ ਵੀ ਸਾਡੇ ਕੋਲ ਇੰਨੀਆਂ ਜ਼ਿਆਦੀਆਂ ਗੇਮਾਂ ਹੋ ਜਾਣ ਤੇ ਅਸੀਂ ਸਾਡੇ ਆਊਟ ਆਫ ਕੰਟਰੋਲ ਹੋ ਜਾਣ, ਇਸ ਕਰਕੇ ਪ੍ਰਬੰਧਕ ਕਹਿੰਦੇ ਵੀ ਅਸੀਂ ਇਹਨਾਂ ਨੂੰ ਇੱਥੇ ਤੱਕ ਹੀ ਸੀਮਤ ਰੱਖਿਆ, ਕਿਉਂਕਿ ਸਾਲ ਵਿੱਚ 2 ਵਾਰੀ 1 ਵਾਰੀ ਇੰਡੀਆ ਸਿੱਖ ਗੇਮਸ ਹੁੰਦੀਆਂ ਜਿੱਥੇ ਬਹੁਤ ਸਾਰੀਆਂ ਗੇਮਾਂ ਇਕੱਠੀਆਂ ਹੁੰਦੀਆਂ, ਇਸ ਕਰਕੇ ਉਹ ਕਹਿੰਦੇ ਵੀ ਅਸੀਂ ਇਹਨੂੰ ਸਿਰਫ ਅਸੀਂ ਉਹਨਾਂ ਹੀ ਰੱਖਣਾ ਚਾਹੁੰਦੇ ਹਾਂ ਜਿਹਨਾਂ ਨੂੰ ਅਸੀਂ ਕੰਟਰੋਲ ਕਰ ਸਕੀਏ ਜੀ ਜੀ। ਤੇ ਕਿਹੜਾ ਸਾਹਿਬ, ਤੁਸੀਂ ਹੋਰ ਜੇ ਆਪਦੀ ਨਜ਼ਰੇ ਦੇਖੋ, ਲੰਗਰ ਦੀ ਇੱਥੇ ਤਾਰੀਫ ਸਾਰੇ ਕਰਦੇ ਆ ਤੇ ਇੱਥੇ ਸਾਰਾ ਕੁਝ ਹੁੰਦਾ, ਹੋਰ ਕੀ ਤੁਸੀਂ ਚਾਹੁੰਦੇ ਵੀ ਇੱਥੇ ਇਹਨਾਂ ਗੇਮਾਂ 'ਚ ਹੋਰ ਕੀ ਜੁੜੇ? ਇਹਨਾਂ ਨੇ ਸਾਲ ਦੀ ਸਾਲ ਜਿੱਦਾਂ ਤੁਹਾਨੂੰ ਦੱਸਿਆ ਵੀ ਇਹ ਇੰਪਰੂਵਮੈਂਟ ਹੋ ਰਹੀ ਆ, ਜਿੱਦਾਂ ਹੁਣ ਇਹਨਾਂ ਨੇ ਸਾਡਾ ਹੱਕ ਫਿਲਮ ਆਈ ਆ ਉਹਦਾ ਵੀ ਅਰੇਂਜ ਕੀਤਾ, ਇੱਥੇ 3 ਦਿਨ ਚੱਲਣੀ ਆ, ਫਿਰ ਰਾਤ ਨੂੰ ਦੁਕਾਨ ਲੱਗਦੇ, ਪਹਿਲਾਂ ਉਹ ਨਹੀਂ ਸੀ ਲੱਗਦੇ, ਤੇ ਲੰਗਰ ਦਾ ਬਹੁਤ ਸੋਹਣਾ ਇਹਨਾਂ ਦਾ ਤਕਰੀਬਨ ਰਿਕਾਰਡ ਆ, ਜਿੰਨੀਆਂ ਗੇਮਾਂ ਆਪਣੇ ਹੁੰਦੀਆਂ ਸਾਰਿਆਂ ਨਾਲੋਂ ਵਧੀਆ ਇਹਨਾਂ ਲੰਗਰ ਦਾ ਪ੍ਰੋਗਰਾਮ ਹੁੰਦਾ, ਚਾਹ ਪਾਣੀ ਦਾ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ, ਔਰ ਪਹਿਲਾਂ ਹੀ ਜਿਹੜੇ ਪ੍ਰਬੰਧਕ ਆ ਜਿੰਨੇ ਵੀ ਰੇਡੀਓ ਇੱਥੇ ਚੱਲਦੇ ਆਪਣੇ ਆਸਟ੍ਰੇਲੀਆ ਲੈਵਲ ਤੇ, ਉਹਨਾਂ ਨੂੰ ਸੰਪਰਕ ਕਰਦੇ ਆ ਦੱਸਣ ਲਈ ਅਸੀਂ ਇਹ ਗੇਮਾਂ ਕਰਵਾ ਰਹੇ ਹਾਂ, ਸਾਨੂੰ ਕੁਝ ਸੁਜੈਸ਼ਨ ਦਿਓ, ਸਾਨੂੰ ਕੁਝ ਸੁਝਾਅ ਦਿਓ, ਮਤਲਬ ਇਹ ਇਹਨਾਂ ਦੀ ਇੱਕ ਬੜਪਣ ਹੈ ਇਹਨਾਂ ਦਾ ਜਿਹੜਾ ਸਾਰਿਆਂ ਨੂੰ ਪੁੱਛਦੇ ਆ ਜਾਂ ਦੱਸਦੇ ਆ, ਮੀਡੀਆ ਨੂੰ ਨਾਲ ਲੈ ਕੇ ਤੁਰਦੇ ਆ, ਤਕਰੀਬਨ ਜਿੰਨੀਆਂ ਆਸਟ੍ਰੇਲੀਆ 'ਚ ਅਖਬਾਰਾਂ ਛਪਦੀਆਂ ਸਾਰਿਆਂ ਜਿਹਨਾਂ ਦੀ ਐਡ ਆਉਂਦੀ ਆ, ਜਿੱਦਾਂ ਹੁਣ ਸਿੱਖ ਗੇਮਸ ਹੋਈਆਂ ਪਰ ਉਹਦੀਆਂ ਕੁਝ ਅਖਬਾਰਾਂ 'ਚ ਐਡ ਆਈਆਂ ਕੁਝ 'ਚ ਨਹੀਂ ਆਈਆਂ,
ਇਹ ਹੁਣ ਪ੍ਰਬੰਧਕਾਂ ਦੀ ਕਮੀ ਰਹਿ ਜਾਂਦੀ ਹੈ ਤੇ ਕਈ ਚੀਜ਼ਾਂ ਜਿਹੜੀਆਂ ਉਹਨਾਂ ਗੇਮਾਂ ਨੂੰ ਵੱਖਰੀਆਂ ਕਰ ਲੈਂਦੇ ਆ ਕਿਉਂਕਿ ਇਹਨਾਂ ਦਾ 2 ਦਿਨ ਦਾ ਪ੍ਰੋਗਰਾਮ ਹੁੰਦਾ ਇਹਨਾਂ ਦਾ ਬਜਟ ਵੀ ਲਿਮਿਟਡ ਹੁੰਦਾ ਤੇ ਜਦੋਂ ਜਿਹੜੀਆਂ ਸੀ ਗੇਮਸ ਹੁੰਦੀਆਂ ਉਹਦਾ ਜਿਹੜਾ ਬਜਟ ਆ ਬਹੁਤ ਵੱਡਾ ਹੁੰਦਾ ਵਾ ਜੇ ਤੁਸੀਂ ਕਿਸੇ ਸਰੋਤਿਆਂ ਨੂੰ ਅਸੀਂ ਕਹੀਏ ਵੀ ਤੁਸੀਂ ਸਰੋਤਿਆਂ ਨੂੰ ਕਿਉਂ ਕਹੋਗੇ ਵੀ ਤੁਸੀਂ ਇੱਥੇ ਆਓ ਖੇਡਾਂ ਦੇਖਣ ਆਉਣ ਕਾਹਤੋਂ ਆਉਣ ਉਹਨਾਂ ਨੂੰ ਕੀ ਖਾਸੀਅਤ ਕਰਕੇ ਸਰੋਤਿਆਂ ਨੂੰ ਸਪੈਸ਼ਲ ਕਿਉਂ ਤੁਸੀਂ ਰਿਕੁਐਸਟ ਕਰਨੀ ਚਾਹੋਗੇ ਨਾ ਕਿਹਨਾਂ ਇਹ ਸਾਡਾ ਸਿੱਖ ਭਾਈਚਾਰਾ ਅਸੀਂ ਜੇ ਇੱਕ ਕਮਿਊਨਿਟੀ ਨੇ ਗੇਮਾਂ ਸ਼ੁਰੂ ਕੀਤੀਆਂ ਸਾਡਾ ਫਰਜ਼ ਬਣਦਾ ਉਹਨਾਂ ਦੀ ਮਦਦ ਕਰੀਏ ਅਸੀਂ ਪਹੁੰਚ ਗਏ ਜੇ ਹੋਰ ਕੁਝ ਕਿਸੇ ਤਰ੍ਹਾਂ ਦੀ ਮਦਦ ਕਰ ਸਕਦੇ ਅਸੀਂ ਆਣ ਕੇ ਉਹਨਾਂ ਦੀ ਜਿਹੜੀ ਜਨਤਾ ਦੇ ਤੇ ਮੈਂ ਜਨ ਸਕਦਾ ਵਧਾਈ ਸਕਦੇ ਨਾ ਨੰਬਰ 2 ਇਹ ਜਿਹੜਾ ਬਹੁਤ ਹੀ ਸੋਹਣਾ ਇੱਕ ਸ਼ਹਿਰ ਆ ਦੇਖਣ ਵਾਲਾ ਸ਼ਹਿਰ ਆ ਤੇ ਤਕਰੀਬਨ ਸੈਂਟਰ ਪੈ ਜਾਂਦਾ ਸਾਰਿਆਂ ਸ਼ਹਿਰਾਂ ਨੂੰ ਇਸ ਕਰਕੇ ਮੋਸਟਲੀ ਲੋਕੀ ਜਿਹੜੇ ਆ ਉਹ ਬਲੌਂਗ ਵੀ ਕਰਨ ਦਾ ਇੰਜੋਏ ਕਰਨ ਆਉਂਦੇ ਆ ਨਾਲੇ ਗੇਮਾਂ ਨੂੰ ਆਨੰਦ ਮਾਣਦੇ ਆ ਜੀ ਜੀ ਬੜੀ ਮਿਹਰਬਾਨੀ ਖੈਰਾ ਸਾਹਿਬ ਤੁਸੀਂ ਆਏ ਸਾਡੇ ਨਾਲ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਜਿਹੜੀ ਨਾਲ ਰੇਡੀਓ ਦੇ ਸੁਣਨ ਦੇ ਨਾਲ ਦੇਖਣ ਵਾਲਾ ਬਣਾਇਆ ਸੋ ਬਹੁਤ ਮਿਹਰਬਾਨੀ ਤੁਹਾਡੇ ਵਾਹਿਗੁਰੂ ਤੁਹਾਨੂੰ ਹੋਰ ਕਾਮਯਾਬੀਆਂ ਬਖਸ਼ੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਬਹੁਤ ਬਹੁਤ ਧੰਨਵਾਦ ਜੀ।